ਸਿਵਰੇ ਬਾਗ ਦਾ ਪਿਓ ਦਾ ਹੈਗਾ ਅਮਰੂਦ ਪੱਟੀ ਖਲੋਤੇ ਹੈਗਾ ਤਾਂ ਤੁਸੀਂ ਇਸ ਬਾਗ ਦਾ ਮਾਲਕ ਆ ਤੁਸੀਂ ਇਸ ਬਾਗ ਦਾ ਮਾਲਕ ਨੇ ਦੱਸੀ ਪੈਸੇ ਨਹੀਂ ਭਰੇ ਹੈਗੇ ਆਈ ਔਰ ਅਮਰੂਦ ਫੜਾ ਤੂੰ ਸਿਰਫ ਬੂਟਾ ਦੀ ਮਾਲਕ ਹੈ ਬੋਹ ਤੱਕ ਸਾਡੀ ਏ ਓਏ ਬੋਹ ਤਾਡੇ ਤਾਂ ਅਸੀਂ ਪੈਸੇ ਭਰੇ ਨੇ ਇਸ ਫਲ ਦੇ ਇਸ ਫਲ ਨੂੰ ਅਸੀਂ ਹੱਥ ਲਾਸਕ ਨੇ ਔਰ ਕਿਆ ਤੇ ਨਹੀਂ ਲਾ ਸਕਦਾ ਆਈ ਔਰ ਕਾਰ ਪੈਸੇ ਨਹੀਂ ਭਰੇ ਹੈਗੇ ਓਏ ਇਹ ਵੀ ਨਹੀਂ ਹੁੰਦਾ ਜੀ ਮੈਂ ਤੁਸੀਂ ਕੀ ਆਈ ਨਹੀਂ ਹੁੰਦਾ ਹੈਗਾ ਅੱਜ ਤੋਂ ਬਾਅਦ ਅਮਰੂਦ ਦਾ ਨਾਂ ਤੇ ਲਾ ਪਿਆ ਤੇਰਾ ਮੂੰਹ ਕੋੜ ਦਿਸਾਉ ਆਵਾ ਦਰ ਜਾਨ ਹੋਵੇ ਤਾਂ ਆਵਾ ਦੇ ਗੱਲਾਂ ਨਾ ਕਰੀ ਪਿਆ ਔਰ ਅਮਰੂਦ ਦੇ ਵੇ ਦੋ ਅਮਰੂਦ ਹੈ ਅੱਲਾ ਕਰੇ ਤੇ ਡੇਡ ਪੀੜ ਬਾ ਤ੍ਰਿੰਡਾ ਜਾਨ ਹੋਵੇ ਤਾਂ ਡੇਡ ਪੀੜ ਬੋਸ ਤਾਂ ਆਪੇ ਮਰਦਾ ਰਾਸੇ ਹਾਏ ਉਹਨਾਂ ਕਿਹੜਾ ਆਮ ਨੇ ਜਿਨ੍ਹਾਂ ਦੇ ਰਾਮ ਲੈ ਹੋਏ ਨੇ ਓਏ ਦਿਲਾ ਤੇ ਡੇਕੇ ਲੱਗ ਦਿਨ ਸਨੇ ਦੇ ਘਲੇ ਹੋਏ ਨੇ ਅਮਰੂਦ ਸਾਰੇ ਕੱਚੇ ਖਲੇ ਆ ਗਏ ਨਾ ਉਤਾਂ ਬੜੀਆਂ ਆ ਗਿਆ ਅਮਰੂਦ ਤੋਂ ਉਤਾਂ ਲੱਗੇ ਖਲਣ ਪੱਕੇ ਪੱਕੇ ਤੇ ਹੱਥ ਹੀ ਨਹੀਂ ਅਪੜਦਾ ਹੈਗਾ ਕੱਦ ਹੀ ਮੇਰਾ ਨਿੱਕਾ ਹੈ ਐਂ ਕਰਾ ਨਾ ਐ ਆਣ ਕਾਲ ਨਾਲ ਫਲ ਫੁੱਲ ਲਾ ਲਓ ਤੇ ਬਾਗ ਵੇਲਾ ਕਰੋ ਮੈਂ ਠੇਕੇ ਦੇਣਾ ਪਹਿਲੇ ਤੂੰ ਦੱਸ ਤ੍ਰਿੰਡੇ ਦੇ ਤੇਰੇ ਨਾਲ ਸਾਡੀ ਗੱਲ ਲੈ ਗਈ ਸਾਡੀ ਗੱਲ ਚੌਧਰੀ ਤੀਫੇ ਨਾਲ ਤੂੰ ਮਾਮਾ ਲੰਗ ਨਾਲ ਗੱਲ ਕਰਾ ਨਾਲ ਚਲੋ ਮੈਂ ਚੌਧਰੀ ਤੀਫੇ ਨੂੰ ਅੱਜ ਜਾ ਗੱਲ ਕਰ ਸਾਂ ਨਾ ਮੋੜ ਜਾ ਤੂੰ ਚੌਧਰੀ ਤੀਫੇ ਨੂੰ ਗੱਲ ਕਰ ਲੈ ਸਾਡੀ ਗੱਲ ਤਿੰਨਾਂ ਸਾਲਾਂ ਦੀ ਤਿੰਨਾਂ ਸਾਲਾਂ ਤੋਂ ਪਹਿਲੇ ਸਾਨੂੰ ਚੌਧਰੀ ਤੀਫਾ ਵੀ ਨਹੀਂ ਪੁੱਛ ਸਕਦਾ ਐ ਮੂੰਹ ਚਾਕ ਟੁਰ ਪੈਂਦਾ ਮੂੰਹ ਨਾ ਮੱਥਾ ਜੇ ਨੇ ਪਾੜੂ ਲੱਥਾ ਨਿਸ਼ਾ ਕਰ ਵੇਖ ਜ਼ਰਾ ਜਲਦੀ ਜਲਦੀ ਆ ਦਾ ਫਲ ਲਾ ਲਵੋ ਫਾਨੀ ਹਾਂ ਇਹ ਕਿਹੜੀ ਗੱਲ ਬਲਾਕ ਖਾਂਦਾ ਪਿਆ ਆਉ ਤੂੰ ਆਪਣੇ ਅਮਰੂਦ ਤੋੜਦਾ ਬਈ ਤੇ ਮੈਂ ਕਿਹਾ ਸਾਡੇ ਅਮਰੂਦ ਨਾ ਤੋੜ ਅਸੀਂ ਪੈਸੇ ਲਾਣ ਕੋ ਕਾਗਜ਼ ਨਹੀਂ ਲਾ ਸਾਨੂੰ ਨਾ ਗਾਟਾ ਗਾਤ ਪਿਆ ਇਸੇ ਗੱਲ ਦੀ ਇਸ ਬਾਂਦਰ ਨੂੰ ਤਕਲੀਫ ਆਈ ਇਹਨੇ ਜਾ ਕੇ ਚੌਧਰੀ ਤੀਫੇ ਨੂੰ ਜਾ ਕੇ ਵੇਖੀ ਲਾਣੀ ਲੁੱਤੀ ਵੀ ਚੌਧਰੀ ਤੀਫਾ ਚਮਕੇ ਹੈ ਚੌਧਰੀ ਤੀਫਾ ਹੈ ਚਮਕਸਨੀ ਅਸੀਂ ਤਿੰਨਾਂ ਸਾਲਾਂ ਦੀ ਗੱਲ ਕੀਤੀ ਚੱਲ ਟੋਰ ਅੰਮਾ ਕੋਲ ਚਲੀ ਗਏ ਚੰਗਾ ਅੰਮਾ ਮੈਂ ਇੱਕ ਵਾਰ ਠੱਪ ਦਵਾਉਂ ਆ ਮੇਰੇ ਦਾੜੀ ਵੱਡੀ ਹੋਈ ਖੋਤੀ ਤੇ ਮੈਂ ਠੱਪ ਦਵਾਈ ਆਵਾਂ ਵੇ ਕੰਮ ਚੋਰ ਆ ਕੇ ਹਰ ਵੇਲੇ ਬਾਨੇ ਲੱਭਦਾ ਵਾ ਨਾ ਉਹਨਾਂ ਹੁਣ ਠੱਪ ਦਵਾਵਾਂ ਜਾਉ ਵੈਗਾ ਉਹਦ ਕੰਮ ਤੂੰ ਡਰਿਆ ਖਲੋਤਾ ਹੈਗਾ ਐਡਾ ਵੱਡੀ ਖੱਤ ਹੋਈ ਖੜੋਤੀ ਮੈਂ ਕਰਵਾ ਜਾ ਜਲਦੀ ਆਵੀ ਅੰਮਾ ਹਾਂ ਆ ਜਾ ਡਿਬਰੀ ਆਈ ਨਾ ਹਾਂ ਆਪਨੇ ਫੜਦਾ ਪਿਆ ਅਮਰੂਦ ਅੱਛਾ ਮੈਂ ਡਿਬਰੀ ਨੂੰ ਆਖਿਆ ਤੂੰ ਅਮਰੂਦ ਨਾ ਪੱਟ ਅੱਛਾ ਅੱਗੂ ਮੈਨੂੰ ਆਂਦਾ ਅਸੀਂ ਤਾਂ ਬਾਗ ਦਾ ਮਾਲਕ ਹੈ ਗਏ ਆ ਮੈਂ ਕਿਹਾ ਮਾਲਕ ਤੁਸੀਂ ਨੇ ਤਾਂ ਅਸੀਂ ਠੇਕਾ ਨਹੀਂ ਭਰਿਆ ਜਿੰਨਾ ਤੱਕ ਆ ਫਲ ਲੱਗੋ ਹੈ ਉਹਨਾਂ ਤੱਕ ਅਮਰੂਦ ਸਾਡੇ ਹੈਗੇ ਨੇ ਤੇ ਉੱਥੋਂ ਜਿਹੜਾ ਐਵੇਂ ਤਿੰਗੜਦਾ ਪਿਆ ਆ ਤੇ ਮੈਨੂੰ ਤਾਂ ਲੱਗਦਾ ਭਾਵੇਂ ਚੌਧਰੀ ਤੀਫੇ ਜਾ ਕੇ ਦੱਸੇ ਉਹਨੂੰ ਆਖਣਾ ਯਾ ਇਸ ਬਾਗ ਦਾ ਸਿਰ ਠੇਕਾ ਲਿਆ ਹੋਇਆ ਸੀ ਰੁਪਈਏ ਭਰੇ ਹੋਏ ਉਹਨੂੰ ਮੈਂ ਕਿਹਾ ਸੀ ਰੁਪਈਏ ਭਰੇ ਨੇ ਸੀ ਕਾਗਜ਼ ਨਹੀਂ ਭਰੇ ਹੈਗੇ ਉਹ ਜਿਹੜਾ ਸ਼ੈਤਾਨ ਹੈ ਨਾ ਚਿੱਤੂ ਪਲੀ ਤੇ ਮਧਰਾ ਹੁਣ ਚੌਧਰੀ ਤੀਫੇ ਕੋਲੋਂ ਜਾਊ ਆਇਆ ਮੈਨੂੰ ਪਿਆ ਮੈਂ ਚੌਧਰੀ ਤੀਫੇ ਨਾਲ ਗੱਲ ਕਰਸਾਂ ਮੇਰੀ ਧੀ ਉਠੀ ਆਪਾਂ ਨਾ ਉਹਦੇ ਤੋਂ ਪਹਿਲਾਂ ਚੱਲੀਏ ਚੌਧਰੀ ਤੀਫੇ ਕੋਲ ਆਪਾਂ ਚੱਲ ਕੇ ਗੱਲ ਕਰਨੇ ਆ ਜਿਹੜਾ ਆਉਂਦਾ ਉਹ ਜੋੜੀਆਂ ਭਰ ਕੇ ਲਗਾ ਜਾਂਦਾ ਚੱਲ ਆਓ ਤਾਂ ਆ ਜਾ ਚੌਧਰੀ ਸਾਹਿਬ ਕਿਆ ਬਾਤ ਹੈ ਕਿਆ ਬਾਤ ਠੀਕ ਹੋ ਗਿਆ ਸੀ ਨਾ ਕੰਮ ਅੱਜ ਤਾਂ ਮੇਰਾ ਵੀ ਹੈ ਲੇਕਿਨ ਇਹ ਹੈ ਕਿ ਬਈ ਨਾ ਸਲਾਮ ਅਲੈਕਮ ਵਾਲੇਕਮ ਅਸਲਾਮ ਚੌਧਰੀ ਸਾਹਿਬ ਗੱਲ ਸੁਣ ਮੇਰੀ ਜਿਹੜਾ ਇਹ ਬਾਗ ਹੈ ਅਸੀਂ ਤੇਰੇ ਕੋਲ ਅੱਲਾ ਵਾਸਤੇ ਲੈ ਆਏ ਨਹੀਂ ਮਾਈ ਠੇਕੇ ਤੇ ਲੈ ਆਏ ਤੁਸੀਂ ਹਾਂ ਤੁਸੀਂ ਪੈਸੇ ਦਿੱਤੇ ਨੇ ਪੈਸੇ ਨਗਦੋ ਨਗਦ ਹਾਂ ਮਾਈ ਗੱਲ ਕੀ ਹੈ ਸਿੱਧੀ ਗੱਲ ਦਾ ਗੱਲ ਸਿੱਧੀ ਕਰੋ ਚੌਧਰੀ ਗੱਲ ਤਾਂ ਮੈਂ ਦੱਸਨੀ ਆ ਅੱਜ ਮੈਂ ਗਈ ਆ ਬਾਗ ਇੱਥੇ ਤੇ ਜਿਹੜਾ ਤੁਹਾਡਾ ਗੇਟ ਮਿਟਿਆ ਹੈਗਾ ਹੈ ਆ ਆਪਣਾ ਤੁਹਾਡਾ ਗੇਟ ਮਿਟਿਆ ਸਮਝ ਗਿਆ ਮੁਲਾਜ਼ਮ ਸਾਡਾ ਮੈਂ ਸਮਝ ਗਿਆ ਤੁਹਾਡਾ ਮੁਲਾਜ਼ਮ ਸਾਡੇ ਚੋਰੀ ਬਾਗ ਦੇ ਵਿੱਚੋਂ ਅਮਰੂਦ ਫੜਦਾ ਪਿਆ ਤੇ ਮੈਂ ਆਖਿਆ ਸਾਡੇ ਅਮਰੂਦ ਨਾ ਪਾਟ ਪਿਆ ਸੀ ਪੈਸੇ ਦਿੱਤੇ ਨੇ ਕੋਈ ਕਾਗਜ਼ ਨਹੀਂ ਦਿੱਤੇ ਅੱਛਾ ਅੱਗੋਂ ਮੈਂ ਨਾਂ ਦਾ ਮੈਂ ਚੌਧਰੀ ਤੀਫੇ ਕੋਲ ਜਾਣਾ ਤੁਹਾਨੂੰ ਮਾਨਨ ਦਾ ਠੇਕਾ ਵਾਪਸ ਲੈ ਤਿੰਨ ਨੂੰ ਅਮਰੂਦ ਨਾ ਗਾ ਪੱਟਣ ਦੇ ਗੱਲ ਸੁਣ ਮੇਰੇ ਪੁੱਤਰ ਬਾਗ ਅਸੀਂ ਤੇਰੇ ਕੋਲ ਤਿੰਨਾਂ ਸਾਲਾਂ ਦਾ ਲਏ ਹੋਏ ਆ ਪੈਸੇ ਤੈਨੂੰ ਅਸੀਂ ਮੋਹਰੇ ਦਿੱਤੇ ਹੋਣ ਹੁਣ ਤੂੰ ਨੌਕਰਾਂ ਦੇ ਆਖੇ ਲੱਗ ਕੇ ਤੂੰ ਸਾਨੂੰ ਚਿੱਕੇ ਨਾ ਇਹ ਗਰੀਬ ਮਾਰ ਹੀ ਮੇਰਾ ਪੁੱਤਰ ਹੁਣ ਇਹ ਬਿਲਕੁਲ ਬਿਲਕੁਲ ਮੈਂ ਵੀ ਤੁਹਾਡੇ ਹੱਕ ਦੇ ਵਿੱਚ ਬੋਲ ਸਾਂ ਬਿਲਕੁਲ ਇਹ ਗਰੀਬ ਮਾਰ ਵੀ ਹੈ ਤੇ ਨਾਲੇ ਉਹ ਬੇਕਾਰ ਨੌਕਰ ਡਿਬਰੀ ਅਸੀਂ ਉਹਦੇ ਅੱਖ ਲੱਗ ਕੇ ਬਲਾ ਬਜਾ ਆ ਦਫਾ ਕਰ ਰਮਜ਼ੀ ਨੂੰ ਆ ਅਮਾ ਤੈਨੂੰ ਮੈਂ ਪਹਿਲੇ ਵੀ ਆਖਿਆ ਚੌਧਰੀ ਬੜਾ ਨੇਕ ਆਦਮੀ ਤੇ ਬੜਾ ਸ਼ਰੀਫ ਹੈਗਾ ਹਾਂ ਹਾਂ ਨੇਕੀਆਂ ਦੇ ਵਿੱਚ ਤੇ ਇਹਨੇ 40 ਮੁਰੱਬੇ ਜ਼ਮੀਨ ਜਿਹੜੀ ਹੈ ਨਾ ਦਾਨ ਕਰ ਦਿੱਤੀ ਉਹ ਮਾਸੀ ਇੱਕ ਬਾਗ ਦੀ ਗੱਲ ਕਰਨੀ ਇਹੋ ਜੇ ਕਈ ਬਾਗ ਮੈਂ ਸੁਗਰੀ ਦੇ ਨਾਵੇਂ ਲਾ ਦਵਾਂ ਚੌਧਰੀ ਸਾਹਿਬ ਅਹੀਂ ਅਸੀਂ ਬਾਗ ਨਾ ਕੋਈ ਲਵਾਉਣੇ ਹੈਗੇ ਸਾਡੇ ਹੱਕ ਲਾਲ ਦੇ 3 ਸਾਲ ਪੂਰੇ ਕਰਨ ਦੇ ਉਹ ਸੁਗਰੀ
तू 3 साल की गल कर नी मैं पूरे 10 साल का ठेका तेन देने लगा हो सकता है सारी जिंदगी का ठेका भी दे दे बिलकुल असि ने ठेका शेका लो सानू मेहरबानी करके 3 साल इथे रहवन देवो चौधरी साहब बड़े मेहरबान इंसान है ना देखो पुत्र असि एडे बेघर ते कोई नहीं है जेडे असि बाग एवें ना लवा लवीए चौधरी साहब लगता है माई घर ते चाई खड़ती है इन्हां नु मुतमैन कर किसे हिसाब नाल ओ चीमे ओ किथे मर गया इनू बुला चीमे नु ओ चीमिया चौधरी साहब मेरा दिल करदा रल के दोवे जाने पीए चल सिर्फ 2 कप अम्मा वास्ते नहीं नहीं शुरू हो गई चाह तेरे नहीं पींदे इस बेगैरती ने असि अमरूद खा ली सां डिबरी कसींदी बंदी है मेरे को दो पुछ जेड़ा अपना चौधरी तीफा है ओंदी शान आपा आदि शाह समझने समझ नहीं आए क्योंकि मैं तो ओंदा हां मुलाजम ओंदा मुर्शी हां ते तू भी ओंदा नौकर रहे है सब का इस वास्ते अपना हक बनदा ओंदी हर शय ते अपना वो यार भी है ते अपना साहब भी है ते मां कल ओंदे बाग च दो अमरूद पट्टे ने अच्छा ते जेड़ी आ सुगरी है ना ओ ठेकेदार नहीं ठेकेदार ने उस कल मन बेइज्जत करके काट दित्ता ओ मेरे होंदे मेरे होंदया मेरे यार नु बेइज्जत कीता ओ मैं तो ओंदी सखी कट के मार देसा ओ मैनू जानदी नहीं ओ ठेकेदार नहीं बनी वंदी ते ठीक है ठेकेदार नहीं बने लेकिन एडी ठेकेदार नहीं असी नहीं बनन देना कि सानू इस पूरे बाग च एक दो अमरूद भी ना लभन हैं साडी यारी मुड़ किथे गई कुर्बान जावा रमजी आज तदे लई करना तेरा मैं मुंह चोमलावा पर गल लेख के मेरा मुंह तेरे मुंह ताई नहीं पड़दा मुंह तो मैं तेरे मुंह ताई अपना सकना ऐसी गल कोई नहीं पर तेरी चुम्मी लवण तो बाद जेड़ी मैनू उल्टी आवणी ओंदा की बनना है और बाग ना पट तो मैनू ए गल दस बी जेड़ी ओ सुगरी है ठेकेदार नी ओंदे नाल की करना मैं ओंदे डकरे कर देसा कई दे नाल उने तेरे ले वेख्या भी बुरी नजर नाल ता चल खा मेरे नाल मैं वेखना तैनू कौन हाथ लांदा हां डिबरी कोई माया शाया ही सुना छड़ सोफा रंग छड़े ओ जदड़ंदी आई शादी डोले दुख विच टंग छड़े आई डे डे चिकटी ओ डोले अज तरै पो साडा पराणा इस बाग नु अज उजाड़ा पा दे सारा अमरूद नहीं दे देना मैं लालच लगांगा उजाड़ा पा दे उजाड़ा पत्तर अमरूद कोई बेगैरत किस्म दा
चल मेरा पोत्र आप चलिए जेड़ो चौकीदार बाग च बुआयो इन्हें। चल आ जाओ चौकीदार से गल करिए तेन कह वास्ते बाया जो डिबरी जा फिर बाग च बड़िया वादा तो गाने गाँव वादा नाले अमरूद खादा वादा। जेड़ा बाग च अमरूद तोड़े ओदे टोटे टोटे कर देने ने। पहलवान मैं तू गलती हो गई यार मैंने तो रमदी ला के अमरूदा चाया। ओए भी तू झूठ मारी जाना ओ कुड़िया टोकरी अगे कर पा अमरूद विच पैसे पूरे पे हुंदे न। बीबी ओदे को होर कुछ नहीं रह गया एहो ही है जेड़ा मैं तेन लैके दिंदा पिया। ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।